ਲੈਵ ਯੂਨੀਵਰਸਿਟੀ ਦੇ ਸਟੂਡੈਂਟ ਨੇ ਸਾਰੇ ਜਿਹੜੇ ਇੱਥੇ ਅੱਜ ਆਪਣੇ ਆਪਣੇ ਜਿੰਨੇ ਵੀ ਪ੍ਰੋਡਕਟ ਲੈ ਕੇ ਬੈਠੇ ਨੇ। ਵਾਹ ਵੀ ਵਾਹ, ਕਮਾਲ ਆ ਵੀ ਕਮਾਲ ਆ। PAU ਮਲਟੀ ਗ੍ਰੇਨ ਆਟਾ ਵੀ ਇਹਨਾਂ ਕੋਲ, ਕਹਿੰਦੇ ਆਟਾ ਵਿਖਾਉਣਾ 1000 ਰੁਪਏ ਕਿਲੋ ਵਾਲਾ, 500 ਰੁਪਏ ਕਿਲੋ ਵਾਲਾ, 300 ਰੁਪਏ ਕਿਲੋ ਵਾਲਾ ਲਾ ਲਿਆ ਕੋਲ, ਪੈਸੇ ਇਹਨਾਂ ਕੋਲ ਜ਼ਿਆਦਾ ਨੇ। ਆਪਾਂ ਤਾਂ ਛਿੱਲੜ ਵਾਲਾ ਆਟਾ ਖਾਣ ਲੱਗ ਗਏ ਹੁਣ, ਚੋਕਰ ਵਾਲਾ ਹੈ। ਆਹ ਲੈ ਵੀ ਅਚਾਰ ਵੀ ਇਹਨਾਂ ਕੋਲ, ਬੱਲੇ ਬੱਲੇ ਬਾਈ, ਇਹ PAU ਦਾ ਅਸਲੀ ਮਾਲ ਆ ਜੀ ਇਹ। ਵਿਕਰੀ ਅਤੇ ਉਤਪਾਦ, ਇਹ ਵਿਕਰੀ ਵੀ ਕਰਦੇ ਇਹ ਭਾਜੀ। ਕਿੰਨੇ ਦੀ ਬੋਤਲ ਆ? 20 ਰੁਪਏ ਦੀ ਆ। ਇਹ ਕੀ ਜੀ ਇਹਦੇ ਵਿੱਚ? ਲੀਚੀ ਦਾ, ਲੀਚੀ ਦਾ ਜੀ 20 ਰੁਪਏ। ਇਹ ਲੀਚੀ ਦਾ ਅਸਲੀ ਲੀਚੀ ਦਾ ਜਾਂ ਫਿਰ ਬਣਾਇਆ ਹੋਇਆ ਵਾ? ਅਸਲੀ ਲੀਚੀ ਆ, 20 ਰੁਪਏ ਦੀ। ਯਾਰ ਲੀਚੀ ਤਾਂ ਉੱਥੇ ਨਹੀਂ ਲੱਭਦੀ ਕਿਤੇ। ਹੈਲੋ, ਹੋਰ ਕੀ ਹਾਲ ਹੈ? ਹਾਲ ਖਾਤਰ ਲੈ, ਕੇਕ ਵੀ ਰੱਖੇ ਹੋਏ ਨੇ ਉਹ ਲੈ, ਬਿਸਕੁਟ ਵੀ ਆ। ਇਹ ਕੀ ਹੋਵੇ? ਲੈ ਕੈਚਅਪ। ਵਾਹ ਵਾਹ, ਤੁਸੀਂ ਆਪ ਹੀ ਤਿਆਰ ਕੀਤੇ ਸਾਰੇ? ਮਿਲਾਵਟ ਨਹੀਂ ਕੀਤੀ ਹੋਈ ਇਹਦੇ ਵਿੱਚ। ਅਸੀਂ FT ਡਿਪਾਰਟਮੈਂਟ ਦੇ ਵਿੱਚ ਅਵੇਲੇਬਲ ਹੈ, ਫੂਡ ਟੈਕਨੋਲੋਜੀ ਡਿਪਾਰਟਮੈਂਟ। ਆਂਵਲਾ ਰੱਖਿਆ ਨਾ, ਇਹ ਕਿੰਨੇ ਦੀ ਕੈਂਡੀ ਦਾ? ਕਿੰਨੇ ਦਾ? ਕਿੰਨੇ ਦਾ? 65 ਰੁਪਏ ਕਿਲੋ ਪਿਆ। ਕਿੰਨਾ ਪੁੱਛ ਰਿਹਾ? 200 ਗ੍ਰਾਮ ਹੈ। ਠੀਕ ਹੈ ਯਾਰ, ਮੈਂ ਠੀਕ ਹੈ, ਠੀਕ ਹੈ ਰੇਟ ਠੀਕ ਹੈ ਤੁਹਾਡਾ, ਠੀਕ ਆ। ਹੋਰ ਬਾਈ ਕੀ ਹਾਲ ਹੈ? ਅਲੈ ਸਾਰਿਆਂ ਨੂੰ ਸ਼ੇਅਰ ਕਰਾ ਦਿਆਂ ਵੀਡੀਓ, ਤੁਹਾਡੀ ਅਲੱਗ ਬਣਾ ਲਈ ਅਸੀਂ, ਹੈ ਠੀਕ ਆ। ਸਾਰਿਆਂ ਨੂੰ ਪਾ ਦੇ ਤੂੰ, ਇਹਨੇ ਪਾਣੀ ਨਹੀਂ ਹੈਗੀ, ਤੂੰ ਲੈ ਲੈ ਕਾਰਡ ਮੇਰੇ ਕੋਲ। ਹੈਲੋ ਬਾਬੂ ਜੀ, ਦੇਖਿਆ ਤੁਸੀਂ ਅਸਲੀ ਮਾਲ ਆ ਇਹ? ਹਾਂਜੀ ਹਾਂ, ਪ੍ਰੋਡਕਟ ਯੂਨੀਵਰਸਿਟੀ ਦੇ ਆ, ਕੋਈ ਮਿਲਾਵਟ ਨਹੀਂ। ਹਾਂਜੀ ਹਾਂ, ਇਹ 'ਚ ਕੋਈ ਸੋਪਾ ਨਹੀਂ ਹੈਗਾ, ਵੀ ਜਿੰਨੇ ਵੀ ਮਿੱਠਾ ਵਗੈਰਾ ਸਾਰੀ ਚੀਜ਼ ਪਾਈ ਹੋਈ ਆ। ਹਾਂਜੀ ਮਿਲਾਵਟ ਤੋਂ ਬਗੈਰ। ਚਲੀ ਆਪਾਂ ਕਿਸੇ ਹੋਰ ਅੱਡੇ ਤੇ।